ਗਰੀਬਾਂ ਨੂੰ ਚਰਬੀ ਪਸਲੀ ਬੋਲੋ ਤੇ ਲੋਕਾਂ ਲਈ ਪੂਰੀ ਪੂਰੀ ਲੱਤ ਰੱਖੀ ਹੁੰਦੀ। ਕਈਆਂ ਬੰਦਿਆਂ ਅਜੇ ਤੱਕ ਫਰਿੱਜਾਂ 'ਚ ਰੱਖਿਆ, ਅਜੇ ਤੱਕ ਉਹ ਗੋਸ਼ਤਾਂ ਦਾ ਮੈਨੂੰ ਨਮੂਨੀਆ ਹੋ ਗਿਆ, ਖੁਦਾ ਦਾ ਨਾਂ ਕੱਢ ਲਓ। ਉਹ ਆਂਦਾ ਕੱਢ ਲਓ, ਮੇਰੇ ਨਾਲ ਬੜੀ ਹੋ ਗਈ। ਮੈਨੂੰ ਅਗਲੇ ਦਿਨ ਇੱਕ ਬੀਬੀ ਦਾ ਫੋਨ ਆਇਆ, ਇਹ ਮਦਨੀ ਸਾਹਿਬ ਆਉਂਦੇ ਨੇ ਕੁਰਬਾਨੀ ਦਾ ਗੋਸ਼ਤ ਮਰਮਾ ਤਾਂ ਪਹਿਲੋਂ ਪਹਿਲੋਂ ਖਾ ਲੈਣਾ ਚਾਹੀਦਾ। ਮੈਂ ਨਹੀਂ, ਜਿੰਨਾ ਚਿਰ ਤੁਸੀਂ ਮਰਨਾ ਜਾਓ ਉਨੀ ਚਿਰ ਖਾਂਦੇ ਹੀ ਰਹਿਣਾ ਚਾਹੀਦਾ। ਹੋਰ ਮੁਸਲਮਾਨ ਸਾਰੇ ਖਰਚੇ ਕਰਦੇ ਪਰ ਕੀਕੇ ਵਾਰੀ ਆਣ ਕੇ ਮਰ ਜਾਂਦੇ। ਅੱਲਾ ਜਾਣਦਾ, ਮੈਂ ਵੇਖਿਆ ਬੀਬੀਆਂ ਤਵੀਤਾਂ ਵਾਲਿਆਂ ਨੂੰ ਪੈਸੇ ਦੇ ਆਉਣਗੀਆਂ, ਮੌਲਵੀਆਂ ਨੂੰ ਪੈਸੇ ਦੇ ਆਉਣਗੀਆਂ, ਜਿਨ੍ਹਾਂ ਦੀ ਜਿੱਥੇ ਮਰਜ਼ੀ ਤੁਸੀਂ ਪੈਸੇ ਖਰਚ ਕਰਾ ਲਓ, ਲੜਨ 'ਤੇ, ਜਾਦੂ 'ਤੇ, ਟੂਣੇ 'ਤੇ, ਅਤੇ ਨਹੀਂ ਕਰਦੀਆਂ ਅਤੇ ਬਾਲਾਂ ਦਾ ਕੀਕਾ ਨਹੀਂ ਕਰਦੀਆਂ। ਇਹ ਮੌਲਵੀ ਸਾਡਾ ਹੱਥ ਤੰਗ ਹੈ, ਅਤੇ ਮੈਂ ਰੂੰ ਵਾਲੇ ਪਿੰਜ 'ਚ ਦੇਵੋ, ਤੁਹਾਡਾ ਹੱਥ ਤਾਂ ਸਹੀ ਹੋਵੇ ਨਾ ਜ਼ਰਾ। ਹੱਥ ਤੁਹਾਡਾ ਤੰਗ ਹੈ, ਹੋਰ ਸਾਰੇ ਕੰਮ ਕਰਦੇ ਨੇ, ਮਠਿਆਈ ਵੰਡਦੇ ਨੇ, ਬੋਲੋ ਵੰਡਦੇ ਨੇ ਕਿ ਨਹੀਂ ਵੰਡਦੇ? ਉਹ ਮਠਿਆਈ ਵੰਡਣੀ ਕਿਹੜੀ? ਅਸਮਾਨ ਤੋਂ ਹੁਕਮ ਆਇਆ, ਕੀਕੇ ਦਾ ਤਾਂ ਹੁਕਮ ਆਇਆ, ਮੇਰੇ ਨਬੀ ਨੇ ਕਿਹਾ ਤੁਸੀਂ ਮਠਿਆਈ 'ਤੇ 20,000 ਲਾ ਲੈਂਦੇ, ਅਤੇ ਵੀਰੋ ਬੱਚੀ ਲਈ ਇੱਕ ਅਤੇ ਬੱਚੇ ਲਈ ਦੋ। ਵੀਰੋ ਜਿੰਨੀ ਹਿੰਮਤ ਹੈ ਓਡਾ ਬੱਕਰਾ ਲੈ ਲਓ, ਬੱਕਰਾ ਨਹੀਂ ਲੱਭਦਾ ਬੱਕਰੀ ਲੈ ਲਓ, ਬੱਕਰੀ ਨਹੀਂ ਲੱਭਦੀ ਭੇਡ ਲੈ ਲਓ। ਹਾਂ, ਕੁਰਬਾਨੀ 'ਤੇ ਅੰਨਾ ਨਹੀਂ ਲੱਗਦਾ, ਲੂਲਾ ਨਹੀਂ ਲੱਗਦਾ, ਪੈਂਗਾ ਨਹੀਂ ਲੱਗਦਾ, ਸਿੰਗ ਟੁੱਟਾ ਨਹੀਂ ਲੱਗਦਾ, ਕੰਨ ਵੱਡਿਆ ਨਹੀਂ ਲੱਗਦਾ, ਲਿੱਸਾ ਨਹੀਂ ਲੱਗਦਾ, ਹਾਂ ਖੀਰਾ ਨਹੀਂ ਲੱਗਦਾ, ਅਤੇ ਇਹ ਕੁਰਬਾਨੀ ਦਾ ਮਸਲਾ ਹੈ। ਅਤੇ ਜਿਹੜਾ ਕੀਕਾ ਹੈ, ਅੰਨਾ ਵੀ ਲੱਗਦਾ ਹੈ, ਲੂਲਾ ਵੀ ਲੱਗਦਾ ਹੈ, ਲੱਗਣਾ ਵੀ ਲੱਗਦਾ ਹੈ, ਕਮਜ਼ੋਰ ਵੀ ਲੱਗਦਾ ਹੈ, ਪੰਜਾਬੀ 'ਚ ਕਹਿ ਲਓ ਨਬਜ਼ ਚੱਲਦੀ ਹੋਵੇ। ਬੋਲੋ ਤਾਂ ਸਹੀ, ਯਾਨੀ ਸਾਹ ਦਾ ਮਸਲਾ ਹੈ, ਜਾਨ ਦਾ, ਬੱਚੀ ਲਈ ਇੱਕ, ਬੱਚੇ ਲਈ ਉੱਚੀ ਬੋਲੋ ਦੋ। ਮੈਨੂੰ ਇੱਕ ਬਾਬਾ ਆਂਦਾ, ਮੌਲਵੀ ਜੀ ਮੇਰਾ ਨਹੀਂ ਹੋਇਆ, ਮੈਂ ਤੇਰੇ ਲਈ ਚਾਰ। ਕਹਿੰਦਾ ਜੀ ਮੇਰੇ ਲਈ ਮਸਲਾ ਕਿਉਂ ਨਵਾਂ? ਮੈਂ ਕਿਹਾ ਵੀ ਤੂੰ ਆਪਣੀ ਜ਼ਿੰਦਗੀ ਬੁੱਢਾ ਹੋ ਗਿਆ ਅਤੇ ਅਜੇ ਤੱਕ ਆਪਣਾ ਕੀਕਾ ਹੀ ਨਹੀਂ ਕੀਤਾ। ਜਦੋਂ ਅੱਲਾ ਪੈਸਾ ਦੇਵੇ ਕੀਕਾ ਕਰ ਲਿਆ ਕਰੋ, ਅਤੇ ਪਰ ਕੀਕਾ ਇਹੋ ਜਿਹਾ ਨਹੀਂ ਕਰਨਾ ਕਿ ਫੱਟੇ 'ਤੇ ਗੋਸ਼ਤ ਰੱਖ ਕੇ ਵੇਚਣਾ ਹੈ। ਇਹ ਫੁੱਫੀ ਦਾ 5,000 ਲਿਖ ਲਓ, ਮਾਸੀ ਦਾ 2,000 ਲਿਖ ਲਓ, ਚਾਚੇ ਦਾ 3,000 ਲਿਖ ਲਓ, ਹੈ ਮੌਲਵੀ ਸਾਹਿਬ ਦਾ 500 ਲਿਖ ਲਓ, ਮੌਲਵੀਆਂ ਕੋਲ ਵੀ ਲੈ ਲੈਂਦੇ ਦਿੱਤੇ ਨੇ ਕਿ ਨਹੀਂ? ਹਾਂ, ਮਦਨੀ ਸਾਹਿਬ ਬੈਠੇ ਨੇ, ਮੇਰੇ ਬਾਈ ਬੈਠੇ ਨੇ, ਦੱਸੋ ਬਾਈ ਕੀ ਕਿਹਾ ਤਾਂ ਲੋਕ ਪੈਸੇ ਗਰਾਉਂਦੇ ਨੇ ਕਿ ਨਹੀਂ ਗਰਾਉਂਦੇ? ਔਰ ਨਾਲੇ ਸਦਕਾ ਕੀਤਾ, ਨਾਲੇ ਪੈਸੇ ਵੱਟੇ, ਇਹਦੇ ਨਾਲ ਚੰਗਾ ਬੰਦਾ ਫਿਰ ਜੁਮੇਰਾਤ ਨੂੰ ਫੱਟੇ 'ਤੇ ਲਾ ਕੇ ਵੇਚ ਲੈਂਦਾ, ਉਹ ਚੰਗਾ ਸੀ। ਹਾਂ, ਉਸ ਦਿਨ ਕਿਸਾਈਆਂ ਦੀ ਛੁੱਟੀ ਹੁੰਦੀ। ਬੋਲੋ ਤਾਂ ਸਹੀ, ਕੀਕੇ ਦੇ ਪੈਸੇ ਨਾ ਵੱਟਿਆ ਕਰੋ, ਕੋਈ ਦੇਵੇ ਵੀ ਤਾਂ ਨਾ ਲਿਆ ਕਰੋ। ਆਖੋ ਨਹੀਂ ਭਾਈ, ਅਸੀਂ ਸਦਕਾ ਕੀਤਾ ਹੈ ਅੱਲਾ ਦੇ ਰਾਹ 'ਤੇ, ਸਾਡੇ ਬੱਚੇ ਦੀਆਂ ਆਉਣ ਵਾਲੀਆਂ ਅੱਲਾ ਬਲਾਵਾਂ ਟਾਲੇ। ਅਤੇ ਇੱਥੇ ਕੀਕਾ ਲੋਕਾਂ ਲਈ ਬਲਾ ਬਣ ਜਾਂਦਾ ਵੀ ਹੁਣ ਮਾਮੀ ਨੂੰ ਵਰਤਣੇ ਪੈਣੇ ਨੇ, ਫੁੱਫੀ ਨੂੰ ਵਰਤਣੇ ਪੈਣੇ ਨੇ, ਮਾਸੜ ਨੂੰ ਵਰਤਣੇ ਪੈਣੇ ਨੇ। ਉਹ ਬੋਲੋ ਤਾਂ ਸਹੀ ਹੈ, ਇੱਥੇ ਸਾਰਾ ਖਾਨਦਾਨ ਪੈਸੇ ਵਰਤਦਾ, ਫਿਰ ਕੋਈ ਉਹਨਾਂ ਕੀਕੇ ਦਾ ਗੋਸ਼ਤ ਨਹੀਂ ਹੁੰਦਾ ਜਿੰਨੇ ਪੈਸੇ ਵੱਟ ਲੈਂਦੇ। ਉਹਦੇ ਨਾਲ ਭਾਵੇਂ 20 ਬੱਕਰੇ ਇਕੱਠੇ ਕਰ ਲਓ। ਉਹ ਬੋਲੋ ਤਾਂ ਸਹੀ, ਮੈਂ ਇੱਕ ਕੀਕੇ ਲਾਹੌਰ ਤਕਰੀਰ ਕਰਨ ਗਿਆ ਅਤੇ ਉਹਨਾਂ ਮੈਨੂੰ ਬਰੈਲਰ ਖਵਾਇਆ, ਜੇ ਮੁਰਗਾ ਬਰੈਲਰ ਸਮਝਦੇ? ਉਹ ਬੋ ਜਿਹਨਾਂ ਬਰੈਲਰ ਵੇਖਿਆ ਹੱਥ ਖੜੇ ਕਰੋ ਹਜ਼ਰਾ। ਹੋਇਆ ਬਰੈਲਰ ਚੂਚੇ, ਉਹਨਾਂ ਮੈਨੂੰ ਬਰੈਲਰ ਖਵਾਇਆ ਅਤੇ ਮੈਨੂੰ ਤਕਰੀਰ ਆਉਂਦੇ ਨੇ, ਮੌਲਵੀ ਜੀ ਸੁਣਾਓ ਫਿਰ। ਮੈਂ ਕਿਹਾ ਪਹਿਲਾ ਕੀਕਾ ਵੇਖਿਆ ਜਿੰਨਾ ਬਰੈਲਰ ਮੁਰਗੇ ਦਾ ਕੀਤਾ। ਉਹ ਸਾਰੇ ਜਲਸੇ 'ਚ ਹੱਥ ਜੋੜਨ, ਖੁਦਾ ਦਾ ਨਾਂ ਮੌਲਵੀ ਜੀ ਅਸੀਂ ਬੱਕਰਾ ਹੀ ਕੀਤਾ ਹੈ। ਅਤੇ ਮੈਂ ਕਿਹਾ ਫਿਰ ਮੈਨੂੰ ਤੁਸੀਂ ਬਰੈਲਰ ਕਿਉਂ ਖਵਾਇਆ? ਮੈਨੂੰ ਤਾਂ ਭਾਈ ਬਰੈਲਰ ਲੱਭਾ ਤਾਂ ਮੈਂ ਕਹਿੰਦਾ ਚੂਚੇ ਦਾ ਹੀ ਕੀਕਾ ਕੀਤਾ। ਉਹ ਬੋਲੋ ਤੇ, ਉਹ ਲਿਹਾਜ਼ਾ ਕਹਿਣ ਦਾ ਮਕਸਦ ਹੈ ਕੀਕੇ ਦੇ ਅੰਦਰ ਸੁਣ ਲਓ ਵੀ ਜਿੱਡੀ ਕੋਈ ਹਿੰਮਤ ਹੈ ਉਡਾ ਕੁ ਲੈ ਲਓ, ਕੁਰਬਾਨੀ ਵਾਲੀਆਂ ਸ਼ਰਤਾਂ ਕੀਕੇ 'ਤੇ ਨਹੀਂ। ਹੁਣ ਤਾਂ ਭਾਈ ਚੌਧਰੀ ਬੰਦੇ ਮੈਂ ਵੇਖੇ ਨੇ ਕਰੋੜਾਂ ਪਤੀ, ਅਤੇ ਉਹ ਲਿੱਸੀ ਜੀ ਕੁਰਬਾਨੀ ਲੈਂਦੇ, ਉਹਨਾਂ ਦੇ ਛਤਰੇ ਨੂੰ ਹੱਥ ਲਾਈਏ ਨਾ ਉਂਝ ਹੀ ਬਹਿ ਜਾਂਦਾ। ਕਸਮੇ ਮੈਂ ਤੁਹਾਨੂੰ ਮੀਰ ਮੀਰ ਬੰਦੇ ਵਿਖਾਉਣਾ ਜਿਨ੍ਹਾਂ ਦੀਆਂ ਕੁਰਬਾਨੀਆਂ ਲਿੱਸੀਆਂ। ਅਤੇ ਅੱਲਾ ਕਹਿੰਦਾ ਜਿੱਡਾ ਮੀਰ ਹੋਵੇ ਓਡੀ ਉਹਦੀ ਤਗੜੀ ਕੁਰਬਾਨੀ ਹੋਵੇ। ਮੈਂ ਦਿਲ ਦੀ ਨੀਅਤ ਵੇਖਣੀ ਹੈ, ਗੋਸ਼ਤ ਨਹੀਂ ਵੇਖਣਾ। ਅਤੇ ਇੱਥੇ ਜਦੋਂ ਲੈ ਆਉਣਗੇ ਨਾ ਅਤੇ ਕਈ ਉੱਲੂ ਦੇ ਪੱਠੇ ਹੱਥ ਲਾਈ ਜਾਣਗੇ। ਕਿੰਨੇ ਦਾ ਲਿਆਂਦਾ? 50,000 ਦਾ ਲਿਆਂਦਾ, 33,000 ਦਾ ਹੁੰਦਾ ਅਤੇ ਨਾਲ ਕੋਲੋਂ ਠੋਕ ਦਿੰਦੇ ਨੇ। ਕੁਰਬਾਨੀ ਤਾਂ ਕਬੂਲ ਹੋ ਗਈ ਨਾ ਫਿਰ, ਨਾਲੇ ਕੁਰਬਾਨੀ ਨਾਲੇ ਝੂਠ। ਅਤੇ ਜਿਹੜੇ ਉਂਝ ਕਈ ਰਾਹ 'ਚ ਪੁੱਛਣ ਵਾਲੇ ਐਵੇਂ ਮੂੰਹ ਸਲੋਣਾ ਕਰਨ ਵਾਲੇ, ਉਹ ਹੱਥ ਲਾਉਣਗੇ, ਆਖਣਗੇ ਸੁਣਾ ਫਿਰ ਕਿੰਨੇ ਦਾ ਲਿਆ? 50,000। ਉਹ ਤੂੰ ਤਾਂ ਠੱਗਿਆ ਹੀ ਗਿਆ, ਲੈ ਦੱਸ ਵੀ ਤੇਰੀ ਨਾ ਹਿੰਗ ਲੱਗੀ ਨਾ ਫਟਕਰੀ, ਤੂੰ ਉਹਦਾ ਦਿਲ ਤੋੜ ਦਿੱਤਾ ਹੈ। ਵੀ ਉਹਨੇ ਕਾਹਦਾ ਠਕੀਚਣਾ? ਉਹਨੇ 50,000 ਦਾ ਲਿਆਂਦਾ, ਉਹਦਾ 50 ਹੀ ਕਬੂਲ। ਉਹਨੇ 20 ਦਾ ਲਿਆਂਦਾ, ਉਹਦਾ 20 ਕਬੂਲ। ਉਹਨੇ 1,00,000 ਦਾ ਲਿਆਂਦਾ, ਉਹਦਾ 1,00,000 ਹੀ ਕਬੂਲ।
بولو تو صحیح یار، انہیں اللہ دے رات ورتیا ہے نا، تو لہٰذا میں تعینوں یہ اینیاں چیزاں جڑی دسیاں نے کہ کیکا کرو، کنے بندے نے جنہاں دا کیکا ہویا، ذرا ہاتھ کھڑے کرو، ذرا امتحان لئیے، اے کیمرے چ لیا ذرا، ایک تہاڈا کیکا ہویا، تیرا ہویا ملنگا، ہاں تیرا تے ہویا ہی ہے، نام ہی ہویا ہوئے تے ہویا ہی ہے۔ اچھا بھی کنے بندے ہاتھ کھڑے جنہاں دا کیکا ہویا ہے، ویکھو نا پوری مسیح دی بے کیکے والی بیٹھی ہے، دو تین تین چار پانچ چھ سات اٹھ، کر لو کوئی شرم والی گل، میں کہڑا کوئی تھانے نام دے رہے، کر لو نا قسم، سات اٹھ نو، نو بندیاں نے ماشاء اللہ، دس ماشاء اللہ۔ اچھا بھی اج وعدہ کر دیو کہ جنہ دے نہیں ہوئے، اللہ نے تعلق تفیق دے دیتی ہے، اتوں کو جا کے کوئی پانچ چھ ہزار کا پٹھ لے آؤ، کنج لے آؤ، بکری پیڑ تے لیا کے کیکے کر لو، قسمیں میں پیدا کرنے والی دی کہنا ہے، اج اپنے کیکے کر لو، اللہ تعالیٰ آن والی بلاواں دور کر دے گا، کیکے کرو اپنے، پر بٹنے نہیں، وہ بولو تو صحیح، بلا چھ ہزار کا بکرا لیا، غریباں نو چربی پسلی، بولو تے لوکاں لئی پوری پوری لت رکھی ہوندی، کئی بندے اجے تک فریجاں چ رکھیا ہے، اجے تک وہ گوشتاں دا مینوں نمونیا ہو گیا، خدا دا نام کر لو، وہاں کر لو میرے نال بڑی ہو گئی۔ مینو اگلے دن ایک بی بی دا فون آیا، اے مدنی صاحب آندے نے قربانی دا گوشت مرما تو پہلو پہلو کھا لینا چاہیے، میں نہیں، جنہ چر تسی مارنا جاؤ اُن چر کھاندے ہی رہنا چاہیے، تعلوم اللہ ہدایت نصیب فرمائے۔ اور قربانی لوکاں لئی ہوندی ہے کہ اپنے لئی، بولو تو صحیح، ذرا قربانی لوکاں لئی کرو، غریباں لئی، تسی تے روز کھاندے جے، کہ مول لا کے کھاندے جے کہ نہیں کھاندے، پر کئیاں دی اجے فریجاں فل نے، غریب گوشت رکھن آ جائے نا تے اونوں آندے نے ساڈی پہلے فل لے، اونوں پہلو موڑ دیندے نے، او بیچارا آندا یا اللہ ہن میں گوشت کٹھا تے کر لیا تے رکھاں کتھے، بولو انجی ہے کہ نہیں، اور غریباں دا رکھو، حضور دا طریقہ اپناؤ۔ دوستو ویڈیو دیکھنے کا شکریہ، اگر آپ چاہتے ہیں کہ ہم اس طرح کی اور نئی ویڈیو لے کر حاضر ہوں تو ہمارے چینل تو ہی اس کو سبسکرائب کریں، اگر آپ نے پہلے ہی سے سبسکرائب کیا ہوا ہے تو آپ کا شکریہ۔ تو ہیت چینل یوٹیوب تو ڈاؤن لوڈ کر سکتے ہو، جڑے دوست کرنا چاہن۔